ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਰਿੱਕੀ ਸੰਧੂ ਹੋਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ ਅੱਜ ਆਪਾਂ ਗੱਲ ਕਰਾਂਗੇ ਪੰਜਾਬੀਆਂ ਦੀ ਫੇਵਰੇਟ ਡੈਸਟੀਨੇਸ਼ਨ ਅਗਰ ਸਟੂਡੈਂਟ ਵੀਜ਼ਾ ਦੀ ਗੱਲ ਕਰਦੇ ਹਾਂ ਈਵਨ ਸਟੂਡੈਂਟਸ ਔਰ ਉਹਨਾਂ ਦੇ ਪੇਰੈਂਟਸ ਨੂੰ ਵੀ ਅਗਰ ਦੇਖਦੇ ਹਾਂ ਸਭ ਤੋਂ ਪਹਿਲਾ ਨਾਮ ਜਿਹੜਾ ਆ ਓਵਰਸੀਜ਼ ਐਜੂਕੇਸ਼ਨ ਦੇ ਵਿੱਚ ਆਉਂਦਾ ਹੈ ਕੈਨੇਡਾ ਹਰ ਇੱਕ ਸਟੂਡੈਂਟ ਦਾ ਰੁਝਾਨ ਹੈ ਕਿ ਮੈਂ ਕੈਨੇਡਾ ਜਾ ਕੇ ਆਪਣੀ ਪੜ੍ਹਾਈ ਕਰਾਂ ਅਤੇ ਉੱਥੇ ਜਾ ਕੇ ਆਪਣਾ ਭਵਿੱਖ ਬਣਾਵਾਂ ਅਤੇ ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ ਸਟੂਡੈਂਟਸ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾ ਸਵਾਲ ਸਟੂਡੈਂਟ ਦਾ ਵੀ ਰਹਿੰਦਾ ਹੈ ਕਿ ਵਰਕ ਪਰਮਿਟ ਔਰ ਪੀਆਰ ਸੋ ਕੈਨੇਡਾ ਦੀ ਆਪਾਂ ਅੱਜ ਗੱਲ ਕਰਦੇ ਹਾਂ ਕਿ ਬੜੇ ਸਟੂਡੈਂਟਸ ਹੈ ਜਿਨ੍ਹਾਂ ਦੀ ਹੌਟ ਡੈਸਟੀਨੇਸ਼ਨ ਜਾਂ ਫੇਵਰੇਟ ਡੈਸਟੀਨੇਸ਼ਨ ਜਿਹਨੂੰ ਕਹਿ ਕੇ ਚੱਲੀਏ ਉਹ ਕੈਨੇਡਾ ਸਟੂਡੈਂਟ ਵੀਜ਼ਾ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੈ ਜਿਹੜੀਆਂ ਮਿਲ ਕੇ ਕੈਨੇਡਾ ਵੀਜ਼ਾ ਬਣਦਾ ਹੈ ਅਗਰ ਆਪਾਂ ਗੱਲ ਕਰਦੇ ਹਾਂ ਅਕੈਡਮਿਕਸ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਤੁਹਾਡਾ ਕੋਰਸ ਔਰ ਤੁਹਾਡਾ ਇਨਟੇਕ ਇਹ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਛੋਟੇ ਛੋਟੇ ਸਟੈਪਸ ਤੋਂ ਨਿਕਲਦੇ ਹੋਏ ਤੁਸੀਂ ਹਾਈ ਕਮਿਸ਼ਨ ਦੀ ਸਬਮਿਸ਼ਨ ਤੱਕ ਜਾਂਦੇ ਹੋ ਅਤੇ ਤੁਹਾਡਾ ਰਿਜ਼ਲਟ ਆਉਂਦਾ ਹੈ ਤੁਹਾਡਾ ਵੀਜ਼ਾ ਗ੍ਰਾਂਟ ਹੁੰਦਾ ਹੈ ਸੋ ਆਪਾਂ ਗੱਲ ਕਰਦੇ ਹਾਂ ਅਗਰ ਯੂਨੀਵਰਸਿਟੀਜ਼ ਦੀ ਜਾਂ ਕਾਲਜਿਸ ਦੀ ਇਨਟੇਕ ਦੇ ਅਕੋਰਡਿੰਗ ਤੁਸੀਂ ਪ੍ਰੋਸੈਸ ਕਰਦੇ ਹੋ ਐਪਲੀਕੇਸ਼ਨ ਨੂੰ ਔਰ ਹਾਈ ਕਮਿਸ਼ਨ 'ਚ ਸਬਮਿਸ਼ਨ ਹੁੰਦੀ ਆ ਅੱਜ ਦੀ ਡੇਟ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ ਅਰਾਊਂਡ 12 ਵੀਕਸ ਲੈ ਰਹੀ ਹੈ ਕੈਨੇਡਾ ਹਾਈ ਕਮਿਸ਼ਨ ਇੱਕ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਦਾ ਰਿਜ਼ਲਟ ਦੇਣ ਦੇ ਲਈ ਕਈ ਐਪਲੀਕੇਸ਼ਨ ਇੱਦਾਂ ਦੀਆਂ ਕਿ ਉਹ ਆਫੀਸਰ ਦੇ ਉੱਪਰ ਡਿਪੈਂਡ ਕਰਦਾ ਕਿ ਕਈਆਂ ਦੇ ਰਿਜ਼ਲਟ ਜਲਦੀ ਆ ਜਾਂਦੇ ਆ ਔਰ ਕਈ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਸਟੈਂਡਰਡ ਟਾਈਮ ਦੇ ਵੀਜ਼ਾਸ ਗ੍ਰਾਂਟ ਹੁੰਦੇ ਉਹਨਾਂ ਦੇ ਸੋ ਆਪਾਂ ਗੱਲ ਕਰਦੇ ਹਾਂ ਕਿ ਯੂਨੀਵਰਸਿਟੀਜ਼ ਜਾਂ ਕਾਲਜਿਸ ਦੀ ਕਾਫੀ ਯੂਨੀਵਰਸਿਟੀਜ਼ ਔਰ ਕਾਲਜਿਸ ਹੈ ਕਿ ਆਲਮੋਸਟ ਅਗਰ ਆਪਾਂ ਗੱਲ ਕਰਕੇ ਚੱਲਦੇ ਹਾਂ ਕਿ ਜਿਨ੍ਹਾਂ ਨੇ ਜਨਵਰੀ ਇਨਟੇਕ ਦੇ ਵਿੱਚ ਆਪਣੀਆਂ ਸੀਟਸ ਓਪਨ ਕੀਤੀਆਂ ਜਨਵਰੀ ਇਨਟੇਕ ਦੇ ਵਿੱਚ ਸਟੂਡੈਂਟ ਪੜ੍ਹ ਸਕਦਾ ਬਟ ਅਗਰ ਗੱਲ ਕਰਦੇ ਹਾਂ ਕਿ ਸਮ ਕਾਲਜਿਸ ਯੂਨੀਵਰਸਿਟੀਜ਼ ਇੱਦਾਂ ਦੇ ਵੀ ਹੈ ਕੈਨੇਡਾ ਦੇ ਵਿੱਚ ਜਿਨ੍ਹਾਂ ਵਿੱਚ ਹਜੇ ਤੱਕ ਸਪਤੰਬਰ ਇਨਟੇਕਸ ਦੀਆਂ ਸੀਟਸ ਅਵੇਲੇਬਲ ਨੇ ਜਿਹੜੇ ਐਪਲੀਕੈਂਟਸ ਸਪਤੰਬਰ ਇਨਟੇਕ ਦੇ ਲਈ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨਾ ਚਾਹੁੰਦੇ ਨੇ ਸਪਤੰਬਰ ਇਨਟੇਕ ਦੇ ਲਈ ਕੈਨੇਡਾ ਜਾਣਾ ਚਾਹੁੰਦੇ ਆ ਉਹ ਆਪਣੀ ਐਪਲੀਕੇਸ਼ਨ ਨੂੰ ਪ੍ਰਾਇਰ ਟਾਈਮ ਤੇ ਪ੍ਰੋਸੈਸ ਕਰ ਸਕਦੇ ਆ ਬਟ ਅਗਰ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਐਪਲੀਕੈਂਟਸ ਨੇ ਸਪਤੰਬਰ ਇਨਟੇਕ ਦੇ ਲਈ ਆਪਣੀ ਐਪਲੀਕੇਸ਼ਨ ਪ੍ਰੋਸੈਸ ਕਰਨੀ ਹੈ ਉਹਨਾਂ ਨੂੰ ਜੂਨ ਤੱਕ ਆਪਣੀ ਐਪਲੀਕੇਸ਼ਨ ਸਬਮਿਟ ਕਰਨੀ ਪਏਗੀ ਸੋ ਦੈਟ ਕਿ ਅਗਰ ਆਪਾਂ ਗੱਲ ਕਰਦੇ ਹਾਂ ਜੋ ਮੈਂ ਆਲਰੇਡੀ ਦੱਸ ਚੁੱਕਾ ਕਿ ਅਰਾਊਂਡ 12 ਵੀਕਸ ਲੈ ਰਹੀ ਹੈ ਹਾਈ ਕਮਿਸ਼ਨ ਵੀਜ਼ਾ ਗ੍ਰਾਂਟ ਕਰਨ ਦੇ ਲਈ ਸੋ ਜਿਹੜੀ ਐਪਲੀਕੈਂਟਸ ਜੂਨ ਤੱਕ ਆਪਣੀ ਫਾਈਲ ਨੂੰ ਸਬਮਿਟ ਕਰ ਸਕਦੇ ਆ ਉਹ ਐਪਲੀਕੈਂਟਸ ਆਪਣੇ ਸਪਤੰਬਰ ਇਨਟੇਕ ਦੇ ਲਈ ਕੈਨੇਡਾ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਸਕਦੇ ਆ ਸੋ ਤੁਸੀਂ ਵੀ ਹਿੱਸਾ ਬਣ ਸਕਦੇ ਹੋ ਕੈਨੇਡਾ ਦੇ ਐਡਮਿਸ਼ਨ ਵੀਕ ਦਾ ਜਿਹੜੇ ਵੀ ਐਪਲੀਕੈਂਟ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਅਦਰ ਕੰਟਰੀਜ਼ ਤੋਂ ਆਲਰੇਡੀ ਰਿਫਿਊਜ਼ ਹੋ ਚੁੱਕੇ ਆ ਜਾਂ ਕੈਨੇਡਾ ਤੋਂ ਮਲਟੀਪਲ ਟਾਈਮਸ ਰਿਫਿਊਜ਼ ਹੋ ਚੁੱਕੇ ਆ ਸਪਤੰਬਰ ਇਨਟੇਕ ਲਾਸਟ ਚਾਂਸ ਆ ਉਹ ਐਪਲੀਕੈਂਟ ਦੇ ਲਈ ਤੁਸੀਂ ਵੀ ਹਿੱਸਾ ਬਣ ਸਕਦੇ ਹੋ ਓਮ ਗਲੋਬਲ ਦੇ ਕੈਨੇਡਾ ਐਡਮਿਸ਼ਨ ਵੀਕ ਦਾ ਜੋ ਕਿ 23 ਤਰੀਕ ਨੂੰ ਜਲੰਧਰ 24 ਤਰੀਕ ਨੂੰ ਅੰਮ੍ਰਿਤਸਰ 25 ਤਰੀਕ ਨੂੰ ਚੰਡੀਗੜ੍ਹ ਅਤੇ 26 ਤਰੀਕ ਨੂੰ ਬਠਿੰਡਾ ਦੇ ਵਿੱਚ ਹੋਣ ਜਾ ਰਿਹਾ ਅਪੁਆਇੰਟਮੈਂਟ ਬੁਕਿੰਗ ਲਈ ਤਾਂ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 9116 9166 ਅਤੇ ਆਪਣੇ ਕੈਨੇਡਾ ਜਾਣ ਦੇ ਸੁਪਨੇ ਨੂੰ ਕਰ ਸਕਦੇ ਹੋ ਸਾਕਾਰ ਧੰਨਵਾਦ